ਸਤਿ ਸ਼੍ਰੀ ਅਕਾਲ ਜੀ। ਵਰਨਾ ਫਲੂਡਿਕ ਬਲੈਕ ਕਲਰ ਕਲੇ ਕਰ ਰਹੇ ਹਾਂ, ਆਪਾਂ ਇਹਦੀ ਸੈਰਾਮਿਕ ਕੀਤੀ ਸੀ, ਸੈਰਾਮਿਕ ਰਿਪੇਅਰ ਹੋ ਰਹੀ ਹੈ। ਪੂਰੀ ਵੀਡੀਓ ਵੇਖਿਓ, ਹਰੇਕ ਗੱਲ ਸਮਝ ਆਊਗੀ। ਪੇਂਟ ਪ੍ਰੋਟੈਕਸ਼ਨ ਕਰਾਉਣੀ ਕਿਉਂ ਜ਼ਰੂਰੀ ਹੈ, ਗੱਡੀ ਦੀ ਸ਼ਾਈਨ ਤੁਸੀਂ ਦੇਖ ਲਿਓ, ਇੰਨੀ ਸ਼ਾਈਨ ਕਿਵੇਂ ਆਈ ਹੈ, ਇਹ ਪੂਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਪੂਰੀ ਸਮਝ ਆਜੂਗੀ। ਗੱਲ ਦਾ ਪ੍ਰੋਪਰ ਤਰੀਕਾ ਸਮਝਾਉਣ ਦਾ ਮੇਰਾ ਇੱਕੋ ਹੀ ਹੈ ਵੀ ਪੇਂਟ ਦੀ ਜਿਹੜੀ ਲੇਅਰ ਹੈ ਉਹ ਖਰਾਬ ਨਾ ਹੋਵੇ, ਸੈਰਾਮਿਕ ਰਿਪੇਅਰ ਹੋ ਜਾਂਦੀ ਹੈ। ਸੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ। ਸੋ ਦੋਸਤੋ, ਇਸ ਦੀ ਗਲੋਸੀ ਸ਼ਾਈਨ ਦਾ ਜੇ ਰਾਜ ਜਾਣਨਾ ਚਾਹੁੰਦੇ ਹੋ ਤਾਂ ਇਹਦਾ ਇਹੀ ਹੈ ਵੀ ਇਸ ਨੂੰ 100% ਸਿਲੀਕਾ ਡਬਲ ਲੇਅਰ ਦੇ ਵਿੱਚ ਕੀਤੀ ਸੀ। 5 ਸਾਲ ਦੀ ਲਾਈਫ ਹੈ ਇਹਦੀ, ਜਿੰਨੇ ਵਾਰੀ ਮਰਜ਼ੀ ਇਹਨੂੰ ਤੁਸੀਂ ਰਿਪੇਅਰ ਕਰੀ ਚੱਲੋ, ਜੋ ਇਹਦਾ ਪੇਂਟ ਹੈ ਉਹ ਨਹੀਂ ਖਰਾਬ ਹੋਊਗਾ। ਹੁਣ ਦੇਖੋ ਗੱਡੀ ਦੀ ਸ਼ਾਈਨ, ਬਲੈਕ ਕਲਰ, ਟੇਪ ਯੈਲੋ ਅਤੇ ਲੈਫਟ ਸਾਈਡ, ਇਸ ਸ਼ਾਈਨ ਦਾ ਇੱਥੇ ਫਰਕ ਦੇਖੋ। ਸਾਲ ਸਵਾ ਸਾਲ ਬਾਅਦ ਆਪਣੇ ਕੋਲ ਰਿਪੇਅਰ ਹੋਣ ਵਾਸਤੇ ਆਈ ਹੈ, ਆਪਾਂ ਇਹਨੂੰ ਦੁਬਾਰਾ ਪੋਲਿਸ਼ ਕੀਤਾ, ਪੋਲਿਸ਼ ਤੋਂ ਬਾਅਦ ਦੁਬਾਰਾ ਇਹਨੂੰ ਸੀਲੈਂਟ ਕਰ ਦਾਂਗੇ ਤਾਂ ਜੋ ਉੱਪਰਲੀ ਲੇਅਰ ਹੈ ਉਹ ਹਰ ਟਾਈਮ ਇੱਦਾਂ ਹੀ ਸ਼ਾਈਨ ਦਿੰਦੀ ਰਹੂੰਗੀ। ਪ੍ਰੀਤ ਮੋਟਰਸ ਮੋਗਾ। ਟੇਪ ਵਾਲੇ ਪਾਸੇ ਡਲਨੈਸ ਦਿਖ ਰਹੀ ਹੋਊਗੀ, ਉਹਦਾ ਰੀਜ਼ਨ ਇਹ ਹੈ ਵੀ ਇਹ ਰਿਪੇਅਰ ਨਹੀਂ ਆਪਾਂ ਹਜੇ ਕੀਤਾ, ਕੱਟ ਨਹੀਂ ਕੀਤਾ। ਸੋ ਜਿਹੜੀ ਚੀਜ਼ ਤੁਹਾਨੂੰ ਦਿਖਾਉਣੀ ਹੈ, ਹਮੇਸ਼ਾ ਸੈਰਾਮਿਕ ਹੁੰਦੀ ਹੈ ਨਾ, ਜਦੋਂ ਆਪਾਂ ਕੰਪਾਊਂਡ ਕਰਾਉਣੇ ਹੈ ਤਾਂ ਪੇਂਟ ਕੱਟੀ ਜਾਂਦਾ ਕੱਟੀ ਜਾਂਦਾ, ਜਦੋਂ ਆਪਾਂ ਸੈਰਾਮਿਕ ਕਰਵਾ ਦਿੰਦੇ ਹਾਂ ਫਿਰ ਉਹ ਪੇਂਟ ਇੱਕ ਸੀਲੈਂਟ ਹੋ ਜਾਂਦਾ, ਪੇਂਟ 'ਤੇ ਕਰੋ ਜਿਹੜੀ ਵੀ ਕਟਿੰਗ ਹੈ ਉਹ ਨਹੀਂ ਪਹੁੰਚਦੀ। ਸੈਰਾਮਿਕ ਉੱਪਰਲੇ ਪਾਸੇ ਜਿਹੜੀ ਪੇਂਟ 'ਤੇ ਹੋਈ ਹੁੰਦੀ ਹੈ ਉਹਨੂੰ ਕੱਟ ਲਓ, ਉਹਨੂੰ ਰਿਪੇਅਰ ਕਰ ਲਓ, ਕੱਟ ਲਓ, ਰਿਪੇਅਰ ਕਰ ਲਓ, ਜਦੋਂ ਡੈਮੇਜ ਹੋ ਜਾਵੇ ਉਹਨੂੰ ਨਾਲ ਦੀ ਨਾਲ ਰਿਪੇਅਰ ਕਰ ਲਓ। ਹੁਣ ਦੇਖੋ ਵੀ ਇਸਦੇ ਸਵੈਲ ਮਾਰਕ ਕਿੰਨੇ ਜ਼ਿਆਦਾ ਨੇ, ਆਪਾਂ ਇਹਦੇ ਸਵੈਲ ਮਾਰਕ ਕੱਢਣ ਤੋਂ ਬਾਅਦ ਇਹਦੀ ਪ੍ਰੋਪਰ ਜੋਬ ਨੂੰ ਡਨ ਕਰ ਰਹੇ ਹੈਗੇ ਹਾਂ। ਸੋ ਤੁਹਾਨੂੰ ਵੀ ਜੇ ਕੰਮ ਚੰਗਾ ਲੱਗਿਆ ਤਾਂ ਪ੍ਰੀਤ ਮੋਟਰਸ ਮੋਗਾ। ਦੋਸਤੋ ਮੈਂ ਬਲੌਗਰ ਨਹੀਂ ਹਾਂ, ਮੈਂ ਬਲੌਗਰਾਂ ਦੀ ਤਰ੍ਹਾਂ ਸਸਤਾ ਚੀਪ ਨਹੀਂ ਕਰਦਾ। ਬੜੇ ਸਾਰੇ ਦੋਸਤਾਂ ਦੇ ਕਮੈਂਟ ਆਉਂਦੇ ਤੇ ਭਾਜੀ ਤੁਸੀਂ ਹਮੇਸ਼ਾ ਪੈਸਿਆਂ ਦੀ ਗੱਲ ਕਰਦੇ ਹੋ। ਦੋਸਤੋ ਹਮੇਸ਼ਾ ਕਸਟਮਰ ਵੀ ਸਸਤੇ ਮਗਰ ਜਾਣਾ ਪਸੰਦ ਕਰਦਾ, ਲੋਕ ਗੱਲਾਂ ਮਾਰ ਕੇ ਫੇਸਬੁੱਕ, ਯੂਟਿਊਬ ਅਤੇ ਇੰਸਟਾਗ੍ਰਾਮ, ਇਹ ਝੂਠ ਦਾ ਬਾਜ਼ਾਰ ਆ ਮਿੱਤਰੋ। ਮੈਂ ਵੀ ਯੂਜ਼ ਕਰਦਾ ਪਰ ਆਪਾਂ ਉੱਥੇ ਹਕੀਕਤ ਬਿਆਨ ਕਰੀਦੀ ਹੈ। ਅਗਰ ਤੁਸੀਂ ਕੁਆਲਿਟੀ ਅਤੇ ਰਿਜ਼ਲਟ ਲੈਣੇ ਹੈ ਤਾਂ ਤੁਹਾਨੂੰ ਸੱਚਾਈ ਨੂੰ ਮੰਨਣਾ ਪਊਗਾ। ਤੁਸੀਂ ਹੁਣ ਦੇਖੋ ਵੀ ਕਿਸਾਨ ਦਾ ਝੰਡਾ ਜਿਹੜਾ ਉਹ ਬਲੈਕ ਕਲਰ ਦੇ ਉੱਪਰ ਕਿੱਦਾਂ ਦਿਖ ਰਿਹਾ। ਇਸ ਦੇ ਦਿਖਣ ਦਾ ਕਾਰਨ ਇਹੀ ਹੈ ਦੋਸਤੋ, ਆਪਾਂ ਇਹਦੀ ਪ੍ਰੋਪਰ ਜੋਬ ਨੂੰ ਡਨ ਕੀਤਾ ਹੈਗਾ, ਕੱਟ ਐਂਡ ਪੋਲਿਸ਼ ਕੀਤੀ ਹੈਗੀ, ਉਸ ਤੋਂ ਬਾਅਦ ਇਹਨੂੰ ਦੁਬਾਰਾ ਸੀਲੈਂਟ ਕਰ ਰਹੇ ਹਾਂ। ਇੰਨੀ ਸ਼ਾਈਨ ਤਾਂ ਹੀ ਆਉਂਦੀ ਹੈ ਜਦੋਂ ਅਸੀਂ ਇਸ ਦੇ ਉੱਪਰ ਮਿਹਨਤ ਕਰਦੇ ਹਾਂ ਜਾਂ ਇਸ ਦੀ ਪੇਂਟ ਦੀ ਅਸੀਂ ਜੇ ਸੈਰਾਮਿਕ ਕਰਵਾਈ ਹੈ ਅਸੀਂ ਵੀ ਤਿਆਰ। ਹੁਣ ਪਾਰਟ ਅਲੱਗ ਅਲੱਗ ਤੁਹਾਨੂੰ ਕਰਕੇ ਦਿਖਾ ਰਿਹਾ, ਜਿਹੜੇ ਪਾਰਟ ਆਪਾਂ ਨਹੀਂ ਕੀਤੇ ਉੱਥੇ ਸਵੈਲ ਮਾਰਕ ਦੇਖੋ ਕਿੰਨੇ, ਕਿੰਨਾ ਕੁ ਮੇਰਾ ਚਿਹਰਾ ਨਜ਼ਰ ਆ ਰਿਹਾ। ਹੁਣ ਦੁਬਾਰਾ ਇਹਨੂੰ ਆਪਾਂ ਕੱਟ ਕਰੋ, ਪੋਲਿਸ਼ ਦੇਣਾ, ਕੰਪਾਊਂਡ ਨਹੀਂ ਕਰਨਾ, ਸਪੈਸ਼ਲ ਪੋਲਿਸ਼ ਆਉਂਦੀ ਜਿਹੜੀ ਦੁਬਾਰਾ ਸ਼ਾਈਨ ਅਤੇ ਸਵੈਲ ਮਾਰਕ ਨੂੰ ਦੇਖੋ ਆ ਗਿਆ ਨਾ ਮਜ਼ਾ। ਆਪਾਂ ਇਹਨੂੰ ਦੁਬਾਰਾ ਫਿਰ ਸੀਲੈਂਟ ਕਰ ਦਿਓ, ਹੁਣ ਹੋ ਰਿਹਾ ਸੀਲੈਂਟ। ਸੀਲੈਂਟ ਕਰਨ ਤੋਂ ਬਾਅਦ ਵੀ ਇਹਦੀ ਉਹੀ ਪ੍ਰੋਸੈਸ ਹੈ, 3-4 ਦਿਨ ਆਪਾਂ ਇਹ 'ਤੇ ਪਾਣੀ ਨਹੀਂ ਯੂਜ਼ ਕਰਨਾ, ਗੱਡੀ ਧੁੱਪੇ ਖੜ੍ਹੀ ਰਹੇ ਤਾਂ ਇਹ ਟਾਈਮ ਪਾ ਕੇ ਦੁਬਾਰਾ ਇਹਦੀ ਸਾਲ ਦੀ ਲਾਈਫ ਫੇਅਰ ਹੋ ਗਈ ਹੈ। ਦੇਖੋ ਕੋਈ ਵੀ ਬੰਦਾ ਕਵੇ ਯਾਰ ਸਾਲ ਬਾਅਦ, ਦੇਖੋ ਰੋਜ਼ ਦੀ ਰੋਜ਼ ਆਪਾਂ ਇਹਦੇ 'ਤੇ ਸਵੈਲ ਮਾਰਕ ਪਾਉਣੇ ਆ, ਕੱਪੜੇ ਪਾਉਣੇ ਆ, ਤੁਹਾਡੇ ਜਿਹੜੇ ਪੇਂਟ ਦੀ ਉੱਪਰਲੀ ਲੇਅਰ ਖਰਾਬ ਹੁੰਦੀ ਹੈ ਉਹ ਲੇਅਰ ਖਰਾਬ ਹੋਣ ਲੱਗੇਗੀ। ਹੁਣ ਗੱਡੀ ਦੀ ਸ਼ਾਈਨ ਦੇਖ ਕੇ ਤੁਸੀਂ ਜ਼ਰੂਰ ਦੱਸਿਓ, ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ। ਪ੍ਰੀਤ ਮੋਟਰਸ ਮੋਗਾ, ਤੁਹਾਡੀ ਸੇਵਾ 'ਚ ਹਮੇਸ਼ਾ ਅਸੀਂ ਹਾਜ਼ਰ ਹਾਂ, ਸਾਡਾ ਕੰਮ ਹੈ ਤੁਹਾਨੂੰ ਅਵੇਅਰ ਕਰਨਾ। ਸੋ ਫਾਈਨਲੀ ਦੋਸਤੋ ਆਪਾਂ ਗੱਡੀ ਦੀ ਜੋਬ, ਹੁਣ ਤੁਸੀਂ ਇਹਦੀ ਗਲਾਸੀ ਸ਼ਾਈਨ ਦੇਖੋ ਅਤੇ ਸ਼ਾਈਨ ਤੁਸੀਂ ਦੇਖ ਸਕਦੇ ਹੋ, ਹੈ ਨਾ ਇਸ਼ਕ ਇਸ਼ਕ। ਮੈਂ ਗੱਲ ਨਾਲ ਤੁਹਾਡੇ ਨਾਲ ਸਹਿਮਤ ਹੈ, ਠੀਕ ਹੈ ਵੀ ਕੋਸਟਿੰਗ ਦਾ ਜਾਂ ਕੁਆਲਿਟੀ ਹੈ ਉਹਦੇ ਨਾਲ ਕੰਪਰੋਮਾਈਜ਼ ਕਰਦੇ ਹੈ ਅਤੇ ਨੁਕਸਾਨ ਕਸਟਮਰ ਦਾ ਹੁੰਦਾ, ਦੁਕਾਨਦਾਰ ਦਾ ਨਹੀਂ ਹੁੰਦਾ। ਤਬੀ ਤੋਂ ਦੁਕਾਨਦਾਰ ਨੇ ਤਾਂ ਤੁਹਾਨੂੰ ਜੋ ਤੁਸੀਂ ਕਿਹਾ ਉਹਨੇ ਕਰਤਾ, ਪਰ ਤੁਹਾਨੂੰ ਮੈਂ ਪ੍ਰੋਪਰ ਸਮਝਾਉਣਾ ਹੁੰਦਾ ਵੀ ਭਾਅ ਜੀ ਜਿਹੜੀ ਚੀਜ਼ 'ਚ ਬੈਨੀਫਿਟ ਹੋਵੇ ਉਹੀ ਕੰਮ ਕੀਤਾ ਜਾਵੇ। ਇੱਥੇ ਦੇਖੋ ਭਾਅ ਜੀ, ਤੋ ਜਿਹੜੀ ਚੀਜ਼ ਆਪਾਂ ਤੁਸੀਂ ਇਹਦੀ ਗਲੋਸੀ ਸ਼ਾਈਨ ਦੇਖ ਲਓ, ਦੇਖੋ ਭਾਅ ਜੀ ਡਨ ਹੋ ਗਿਆ ਨਾ ਭਾਅ ਜੀ। ਕਿਉਂਕਿ ਹਰੇਕ ਵਿਅਕਤੀ 1 ਮਿੰਟ ਦੀ ਰੀਲ ਪਾਉਂਦਾ, ਉਸ ਰੀਲ ਦੇ ਵਿੱਚ ਤੁਹਾਨੂੰ ਕੀ ਦਿਖਾਉਂਦਾ ਅਤੇ ਕੀ ਨਹੀਂ ਦਿਖਾਉਂਦਾ ਆਪਾਂ ਉਹ ਕੰਮ ਨਹੀਂ ਕਰਦੇ, ਹਕੀਕਤ ਬਿਆਨ ਕਰ ਰਹੇ ਹਾਂ। ਪ੍ਰੀਤ ਮੋਟਰਸ ਮੋਗਾ ਦੋਸਤੋ, ਜਦੋਂ ਵੀ ਆਪਾਂ ਕੰਮ ਕਰਦੇ ਹਾਂ ਉਹਦੇ 'ਚ ਤੁਹਾਨੂੰ ਅਵੇਅਰ ਕਰੀਦਾ ਹੁੰਦਾ। ਅਵੇਅਰਨੈਸ ਦਾ ਮਤਲਬ ਇਹ ਹੈ ਵੀ ਜਿਹੜੀ ਪੇਂਟ ਦੀ ਉੱਪਰਲੀ ਲੇਅਰ ਸੀ ਇਹ ਜਿੰਨੀ ਕੁ ਡੈਮੇਜ ਹੋਈ ਸੀ ਅਸੀਂ ਇਹਨੂੰ ਪੋਲਿਸ਼ ਕੀਤਾ,
ਸ਼ਾਈਨ ਲੈ ਕੇ ਆਏ ਇਹਨੂੰ ਫਿਰ ਸੀਲੈਂਟ ਕਰਤਾ ਪੈ ਰਹੀ ਹੈ ਦੋਸਤੋ ਇਸੇ ਕਰਕੇ ਕਹਿੰਦੇ ਹੁੰਦੇ ਆ ਵੀ ਕੰਪਾਊਂਡ ਕੱਟੀ ਜਾਈਏ ਕੱਟੀ ਜਾਈਏ ਤੇ ਪੇਂਟ ਖਤਮ ਹੋ ਜਾਂਦਾ ਤੇ ਕੁਆਲਿਟੀ ਦੇ ਪ੍ਰੋਡਕਟ ਇਹ ਮੋਟਰਸ ਮੋਗਾ ਜੈ ਜਵਾਨ ਤੇ ਜੈ ਕਿਸਾਨ ਦਾ ਉਹ ਵੀ ਦਿਖ ਰਿਹਾ ਕਿਉਂ ਭਾਜੀ ਜੈ ਜਵਾਨ ਤੇ ਜੈ ਕਿਸਾਨ ਝੰਡਾ ਵੀ ਦਿੰਦਾ ਤੇ ਡੰਡਾ ਵੀ ਦਿੰਦਾ ਇੰਨੀ ਕਿ ਸ਼ਾਈਨ ਲਿਆਉਣ ਵਾਸਤੇ ਐ ਮਿਹਨਤ ਕਰਨੀ ਪੈਂਦੀ ਹੈ ਵੀਰੋ ਮਿਹਨਤ ਬਹੁਤ ਕਰਨੀ ਪੈਂਦੀ ਝੰਡੇ ਮੇ ਡੰਡਾ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰੋ ਪ੍ਰੀਤ ਪ੍ਰੀਤ ਮੋਟਰਸ ਮੋਗਾ ਹਮੇਸ਼ਾ ਤੁਹਾਡੀ ਸੇਵਾ ਚ ਹਾਜ਼ਰ ਹੈ ਦੋਸਤੋ ਬਸ ਮੈਂ ਹੀ ਗੱਲ ਕਰ ਰਿਹਾ ਕਰਾਂਗੇ ਵੀ ਜਦੋਂ ਆਪਾਂ ਇਹਦੀ ਜੌਬ ਡਨ ਕਰਦੇ ਹਾਂ ਤੁਹਾਨੂੰ ਵੀਡੀਓ ਚ ਅਵੇਅਰ ਕੀਤਾ ਵੀਡੀਓ ਚੰਗੀ ਲੱਗੀ ਬੜੇ ਸਾਰੇ ਲਾਈਕ ਜਾਂ ਡਿਸਲਾਈਕ ਬੜੇ ਪਿਆਰ ਕਰਦੇ ਨੇ ਦਿਲ ਦੀਆਂ ਗਹਿਰਾਈਆਂ ਤੋਂ ਆਇਆ ਕਰੋ ਤੇ ਦਿਲ ਦੀਆਂ ਗਹਿਰਾਈਆਂ ਤੋਂ ਹੀ ਆਪਾਂ ਕਰਾਂਗੇ ਅਸੀਂ ਉਹਨਾਂ ਦੀ ਸੇਵਾ ਚ ਹਾਜ਼ਰ ਹਮੇਸ਼ਾ ਹੀ ਤੁਹਾਡੀ ਸੇਵਾ ਚ ਹਾਜ਼ਰ ਹਾਂ ਹਾਜ਼ਰ ਰਵਾਂਗੇ ਤੁਹਾਡਾ ਪਿਆਰ ਮਿਲਦਾ ਰਵੇ ਭਾਜੀ ਹੈ ਨਾ ਫਿਰ ਬੋਟਲ ਦੀ ਤੁਸੀਂ ਇਹ ਬਲੈਕ ਕਲਰ ਦੀ ਬੋਟਲ ਬਲੈਕ ਕਲਰ ਦਾ ਟੱਕਣ ਸਾਫ਼ ਨਜ਼ਰ ਆ ਰਿਹਾ ਇਹਨਾਂ ਗਲਾਸ ਬਣਾਉਣ ਪਿੱਛੇ ਮਿਹਨਤ ਬਹੁਤ ਕਰਨੀ ਹਾਂਜੀ ਸੈਨੀ ਭਾਜੀ ਸੋ ਤੁਹਾਡਾ ਦੇਖਦੇ ਨਾ ਬੋਟਲਾਂ ਇਹਦੀ ਬੋਦੀ ਲਾਲ ਇਹਦੀ ਬੋਦੀ ਕਾਲੀ ਕਾਲੀ ਗੱਡੀ ਜੈ ਜਵਾਨ ਚੰਗੀ ਜਾਣਕਾਰੀ ਜੈ ਕਿਸਾਨ ਚੰਗਾ ਸਾਥੀ ਧੰਨਵਾਦ ਜਵਾਨ